ਇਹ ਵੀਡੀਓ ਫਲੱਡ ਕਣੇ ਪਹਿਲੇ ਦੀ ਏ ਤੇਜ਼ ਬਾਰਿਸ਼ਾਂ ਦੀ ਵਜ੍ਹਾ ਕਣੇ ਜਿੱਥਾਂ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਤਹਿਸੀਲਾਂ ਤੌਂਸਾ ਕੋਟ ਛੁੱਟਾ ਮੁਤਾਸਰ ਥੈਨ ਉੱਥਾਂ ਕੋਹੇ ਸੁਲਮਾਨ ਦਾ ਸਿਲਸਿਲਾ ਜਿਹੜਾ ਉਹ ਵੀ ਕਾਫੀ ਮੁਤਾਸਰ ਥਾ ਕੋਹੇ ਸੁਲਮਾਨ ਦਾ ਸਿਲਸਿਲਾ ਜਿਹੜਾ ਕਿ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਜ਼ਿਲ੍ਹਾ ਰਾਜਨਪੁਰ ਦੇ ਵਿੱਚ ਮੌਜੂਦ ਏ ਈ ਟਾਈਮ ਸ਼ਦੀਦ ਮੁਸ਼ਕਲਾਂ ਦਾ ਸ਼ਿਕਾਰ ਏ ਲੋਕ ਬਹੁ ਮੁਸ਼ਕਿਲ ਦੇ ਵਿੱਚ ਹਨ ਕੋਹੇ ਸੁਲਮਾਨ ਦੇ ਲੋਕ ਜਿਹੜੇ ਕਿ ਮਹਿਮਾਨ ਨਵਾਜ਼ ਪਿਆਰ ਕਰਨ ਵਾਲੇ ਲੋਕ ਹਨ ਈ ਟਾਈਮ ਸ਼ਦੀਦ ਮੁਸ਼ਕਲਾਂ ਦੇ ਵਿੱਚ ਸ਼ਿਕਾਰ ਹਨ ਕਿਤੇ ਵੀ ਵੰਨਣ ਦਾ ਰਾਸਤਾ ਕਹਿਣੀ ਸਾਰੇ ਰਾਸਤੇ ਪਹਾੜ ਦੀ ਲੈਂਡ ਸਲਾਈਡਿੰਗ ਦੀ ਵਜ੍ਹਾ ਕਰਨੇ ਬੰਦ ਥੀ ਚੁੱਕੇ ਹਨ ਡੇਰਾ ਗਾਜ਼ੀ ਖਾਨ ਦੀ ਤਹਿਸੀਲ ਤੌਂਸਾ ਕਨੇ ਗਹਿਨ ਡੇਰਾ ਗਾਜ਼ੀ ਖਾਨ ਦੀ ਤਹਿਸੀਲ ਡੇਰਾ ਗਾਜ਼ੀ ਖਾਨ ਜ਼ਿਲ੍ਹਾ ਰਾਜਨਪੁਰ ਦੀ ਤਹਿਸੀਲ ਰਾਜਨਪੁਰ ਅਤੇ ਜ਼ਿਲ੍ਹਾ ਰਾਜਨਪੁਰ ਦੀ ਤਹਿਸੀਲ ਜਾਮਪੁਰ ਦੇ ਵਿੱਚ ਜਿਤਨਾ ਵੀ ਕੋਹੇ ਸੁਲਮਾਨ ਦੇ ਇਲਾਕੇ ਹਨ ਉਹ ਈ ਟਾਈਮ ਬਿਲਕੁਲ ਮੁਸ਼ਕਲਾਂ ਦੇ ਵਿੱਚ ਹਨ ਉਹਨੇ ਲੋਕਾਂ ਕਨੇ ਖੁਰਾਕ ਕੋਈ ਨਹੀਂ ਉਹਨੇ ਲੋਕਾਂ ਦੇ ਰਾਸਤੇ ਬਿਲਕੁਲ ਬੰਦ ਥੀ ਚੁੱਕੇ ਹਨ ਔਰ ਉਹਨੇ ਦਾ ਈ ਦੂਜੇ ਸ਼ਹਿਰਾਂ ਕਣੇ ਜਿਹੜਾ ਰਾਸਤਾ ਹੈ ਉਹ ਵੀ ਮੁਨਕਤਾ ਥੀ ਚੁੱਕੇ ਈ ਟਾਈਮ ਉਹ ਲੋਕ ਸ਼ਦੀਦ ਮੁਸ਼ਕਲਾਂ ਦੇ ਵਿੱਚ ਹਨ ਉਹਦੀ ਵਜ੍ਹਾ ਇਹ ਹੈ ਕਿ ਕੋਈ ਵੀ ਫਲਾਹੀ ਤਨਜ਼ੀਮ ਫਲਾਹੀ ਇਦਾਰੇ ਉਹਨੇ ਇਲਾਕਿਆਂ ਤੱਕ ਨਹੀਂ ਪੁੱਜ ਸਕਦੇ ਪਏ ਔਰ ਜਿਹੜੀ ਸੂਰਤ ਹਾਲ ਸੋਸ਼ਲ ਮੀਡੀਆ ਦੇ ਥਰੂ ਆਉਂਦੀ ਪਈ ਹੈ ਉਹ ਬਹੁ ਹੀ ਤਸ਼ਵੀਸ਼ਨਾਕ ਹੈ ਕੋਹੇ ਸੁਲਮਾਨ ਦੇ ਵਿੱਚ ਰਾਹਣ ਵਾਲੇ ਬਲੋਚ ਕਬੀਲੇ ਦੇ ਲੋਕ ਖੁਦਦਾਰ ਲੋਕ ਹਨ ਮਹਿਮਾਨ ਨਵਾਜ਼ ਲੋਕ ਹਨ ਜਿਹੜਾ ਵੀ ਉਹਨੇ ਦੇ ਇਲਾਕਿਆਂ ਦੇ ਵਿੱਚ ਵੇਂਦੇ ਉਹ ਮਹਿਮਾਨ ਨਵਾਜ਼ੀ ਦੇ ਵਿੱਚ ਬੇਮਿਸਾਲ ਹਨ ਸਾਡੀ ਰਿਆਸਤ ਕੋਹੇ ਸੁਲਮਾਨ ਦੇ ਇਲਾਕਿਆਂ ਕਣੇ ਮਾਦਨਿਆਤ ਹਾਸਲ ਕਰਨ ਦੀ ਏ ਜਿਤਨਾ ਵੀ ਕੋਹੇ ਸੁਲਮਾਨ ਕਣੇ ਯੂਰੀਨੀਅਮ ਵਗੈਰਾ ਨਿਕਲਦੀ ਏ ਉਹ ਸਾਡੀ ਰਿਆਸਤ ਆਪਣੇ ਇਸਤੇਮਾਲ ਦੇ ਵਿੱਚ ਗਿਣਤ ਆਉਂਦੀ ਪਈ ਏ ਲੇਕਿਨ ਈ ਟਾਈਮ ਰਿਆਸਤ ਦੀ ਬੇਰੁਖੀ ਹੈਰਾਨ ਕੌਣ ਹੈ ਰਿਆਸਤ ਕੋਹੇ ਸੁਲਮਾਨ ਦੇ ਲੋਕਾਂ ਦੇ ਉੱਤੇ ਬਿਲਕੁਲ ਵੀ ਕੋਈ ਤਵੱਜੋ ਨਹੀਂ ਦੇਣੀ ਪਈ ਜਿਤਨੇ ਵੀ ਇਦਾਰੇ ਈ ਟਾਈਮ ਫਲਾਹੀ ਕੰਮ ਕਰਦੇ ਪੈਣ ਮੈਡੀ ਪੁਰਜ਼ੋਰ ਅਪੀਲ ਹੈ ਕਿ ਬਰਾਏ ਮਿਹਰਬਾਨੀ ਕੋਹੇ ਸੁਲਮਾਨ ਦੇ ਲੋਕਾਂ ਕੋ ਬਚਾਇਆ ਵਣੇ ਕੋਹੇ ਸੁਲਮਾਨ ਦੇ ਲੋਕਾਂ ਦੇ ਉੱਤੇ ਖਾਸ ਤਵੱਜੋ ਦਿੱਤੀ ਵਣੇ ਉਹਨਾਂ ਦੇ ਰਾਸਤੇ ਬਹਾਲ ਕੀਤੇ ਵਣੇ ਕੋਹੇ ਸੁਲਮਾਨ ਦੀਆਂ ਜਿਹੜੀਆਂ ਆਬਾਦੀਆਂ ਰੋਡ ਦੇ ਨਜ਼ਦੀਕ ਹਨ ਉੱਥਾਂ ਤੇ ਲੋਕ ਪਹੁੰਚਦੇ ਪੈਣ ਲੇਕਿਨ ਜਿਹੜੇ ਲੋਕ ਪਹਾੜਾਂ ਦੇ ਵਿੱਚ ਰਹਿੰਦੇ ਉਹ ਈ ਟਾਈਮ ਵੀ ਮੁਸ਼ਕਲਾਂ ਦੇ ਵਿੱਚ ਹਨ ਮੁਸ਼ਕਿਲ ਦੀ ਈ ਘੜੀ ਦੇ ਵਿੱਚ ਸਾਕੂੰ ਕੋਹੇ ਸੁਲਮਾਨ ਦੇ ਲੋਕਾਂ ਨਾਲ ਤਾਮਨ ਕਰਨਾ ਚਾਹੀਦਾ ਹੈ ਮੇਰੇ ਜਿਤਨੇ ਵੀ ਦੋਸਤ ਈ ਫੀਲਡ ਦੇ ਵਿੱਚ ਕੰਮ ਕਰਦੇ ਪੈਣ ਉਹਨੇ ਕੋ ਪੁਰਜ਼ੋਰ ਅਪੀਲ ਹੈ ਕਿ ਬਰਾਏ ਮਿਹਰਬਾਨੀ ਤੁਸੀਂ ਕੋਹੇ ਸੁਲਮਾਨ ਦੇ ਇਲਾਕਿਆਂ ਤੱਕ ਜ਼ਰੂਰ ਪੁੱਜੋ।